ਅੱਜਕੱਲ ਭੱਜ ਦੌੜ ਦੀ ਜ਼ਿੰਦਗੀ 'ਚ ਚੈਲੇਂਜ ਕਬੂਲ ਕਰਨੇ ਬੜੇ ਔਖੇ ਆ ਬਈ ਸੱਜਣੋ। ਇਹੋ ਜਿਹਾ ਹੀ ਚੈਲੇਂਜ ਕਬੂਲ ਕੀਤਾ ਅੱਜ ਆਪਣੇ ਜਨਮ ਦਿਨ 'ਤੇ ਵਿਕ੍ਰਾਂਤ ਸ਼ਰਮਾ ਨੇ। ਆਪਣੀ ਜ਼ਿੰਦਗੀ ਦਾ ਪਹਿਲਾ ਘੋੜਾ ਸ਼ਿਵਾ, ਜਿਹਦੇ ਬਾਰੇ ਇਹ ਗੱਲ ਮਾਰਕੀਟ ਦੇ ਵਿੱਚ ਮਸ਼ਹੂਰ ਆ ਕਿ ਇਹ ਵੱਢਦਾ ਬਹੁਤ ਆ। ਇਹੀ ਕਾਰਨ ਹੋਇਆ ਕਿ ਸ਼ਿਵਾ ਵਿਕ੍ਰਾਂਤ ਕੋਲੋਂ ਜਾਣ ਤੋਂ ਬਾਅਦ ਅੱਗੇ ਦੀ ਅੱਗੇ 10 ਥਾਵਾਂ 'ਤੇ ਵਿਕਦਾ ਗਿਆ, ਵਿਕਦਾ ਗਿਆ, ਵਿਕਦਾ ਗਿਆ। ਕਾਰਨ ਕੀ ਸੀ? ਘੋੜਾ ਗਰਮ ਬਹੁਤ ਜ਼ਿਆਦਾ। ਪਰ ਅੱਜ ਕੱਲ੍ਹ ਇਹ ਬਿਮਾਰ ਸੀ, ਆਪਣਾ ਪੁਰਾਣਾ ਦੋਸਤ ਆ, ਅਤੇ ਇਹ ਮੁਸੀਬਤ ਦੇ ਵਿੱਚ ਸੀ। ਅਤੇ ਆਪਣੇ ਦੋਸਤ ਨੂੰ, ਪੁਰਾਣੇ ਨੂੰ, ਪਹਿਲੇ ਦੋਸਤ ਨੂੰ ਵਿਕ੍ਰਾਂਤ ਤੋਂ ਮੁਸੀਬਤ ਦੇ ਵਿੱਚ ਨਹੀਂ ਛੱਡਿਆ ਗਿਆ। ਜਦੋਂ ਵਿਕ੍ਰਾਂਤ ਦੱਸਦਾ ਕਿ ਜਦੋਂ ਇਹ ਅੱਗੇ ਦੀ ਅੱਗੇ ਘੋੜੇ ਦੀ ਪੜਤਾਲ ਕਰਦਾ ਕਰਦਾ ਪੜਤਾਲ ਕਰਦਾ 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 ਪਹੁੰਚਿਆ ਸਹੀ ਟਿਕਾਣੇ 'ਤੇ ਜਿੱਥੇ ਇਹ ਘੋੜਾ ਖੜ੍ਹਾ ਸੀ, ਤਾਂ ਘੋੜੇ ਨੇ ਇਹਨੂੰ ਘਰੇ ਵੜਦੇ ਨੂੰ ਪਹਿਚਾਣ ਲਿਆ। ਇਹ ਘੋੜਿਆਂ ਦੀ ਖਾਸੀਅਤ ਵੀ ਹੁੰਦੀ ਆ ਕਿ ਘੋੜੇ ਆਪਣੇ ਮਾਲਕ ਨੂੰ, ਜਿਹਨੂੰ ਦਿਲੋਂ ਮਾਲਕ ਮੰਨ ਲੈਂਦੇ ਆ, ਉਹਨੂੰ ਕਦੇ ਨਹੀਂ ਭੁੱਲਦੇ। ਇਹ ਬਹੁਤ ਸਿਆਣੇ ਅਤੇ ਸਮਝਦਾਰ ਜਾਨਵਰ ਹੁੰਦੇ ਆ। ਅਤੇ ਵਿਕ੍ਰਾਂਤ ਸ਼ਰਮੇ ਨੇ ਅੱਜ ਉਹਦਾ ਜਨਮ ਦਿਨ ਆ, ਆਪਣੇ ਜਨਮ ਦਿਨ 'ਤੇ ਉਹਨੇ ਚੈਲੇਂਜ ਕਬੂਲ ਕੀਤਾ ਕਿ ਅਗਲੇ ਬਰਥਡੇ 'ਤੇ ਇਸ ਘੋੜੇ 'ਤੇ ਬੈਠ ਕੇ ਸਵਾਰੀ ਕਰਾਂਗੇ, ਦਾਤਾ ਇਹਦੀ ਲੰਬੀ ਉਮਰ ਕਰੇ। ਬਹੁਤ ਜਲਦੀ ਠੀਕ ਤਾਂ ਬਹੁਤ ਜਲਦੀ ਹੋ ਜੂਗਾ, ਪਰ ਬਿਮਾਰ ਜਿਹੜੇ ਹਿਸਾਬ ਨਾਲ ਹੈ, ਵਿਕ੍ਰਾਂਤ ਤਾਂ ਬਹੁਤ ਕੌਨਫੀਡੈਂਸ ਦੇ ਵਿੱਚ ਆ, ਉਹ ਤਾਂ ਕਹਿੰਦਾ ਬਹੁਤ ਜਲਦੀ ਠੀਕ ਕਰ ਲਾਂਗੇ, ਬਹੁਤ ਹੀ ਜਲਦੀ। ਪਰ ਮੈਨੂੰ ਐਵੇਂ ਲੱਗਦਾ ਇਹਦੇ ਹਾਲਾਤ ਦੇਖ ਕੇ ਕਿ ਅਗਲੇ ਜਨਮ ਦਿਨ ਤੱਕ ਵੀ ਠੀਕ ਹੋ ਜਾਂਦਾ ਤਾਂ ਬੜੀ ਵੱਡੀ ਗੱਲ ਆ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਕੋਈ ਬੰਦਾ ਇਹੋ ਜਿਹਾ ਹੈਗਾ ਵੀ ਜਿਹੜਾ ਵੀ ਆਪਣੇ ਪੁਰਾਣੇ ਦੋਸਤਾਂ ਨੂੰ, ਘੋੜੇ ਦੋਸਤਾਂ ਨੂੰ ਵੀ ਗਵਾ ਨਹੀਂ ਰਿਹਾ। ਪੁਰਾਣਾ ਦੋਸਤ ਸੀ, ਉਹਨੂੰ ਵੀ ਆਪਣੇ ਫਾਰਮ 'ਤੇ ਵਾਪਸ ਲੈ ਕੇ ਆਇਆ। ਇਹ ਘੋੜੇ ਬਾਰੇ ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਾ ਅਤੇ ਹੁਣ ਮੈਂ ਫਿਰ ਦੱਸ ਦਿੰਦਾ ਕਿ ਇਹ ਘੋੜਾ ਵੱਢਦਾ ਬਹੁਤ ਆ। ਇਹੀ ਕਾਰਨ, ਇਹੀ ਬਦਨਾਮੀ ਹੈ ਇਹਦੀ, ਜਿਹੜੀ ਇਹਨੂੰ ਅੱਗੇ ਦੀ ਅੱਗੇ ਵਿਕਣ ਵਾਸਤੇ ਮਜਬੂਰ ਕੀਤਾ। ਅੱਜ ਕੱਲ੍ਹ ਇਹ ਬਹੁਤ ਬਿਮਾਰ ਆ, ਇਹਦੀ ਕੱਛ ਦੇ ਵਿੱਚ ਬਹੁਤ ਹੀ ਵੱਡੀ ਕਛਰਾਲੀ ਨਿਕਲੀ ਹੋਈ ਹੈ, ਜਿਹਦੀ ਪੀੜ ਦਾ ਇਹ ਭੰਨਿਆ ਪਿਆ। ਹੁਣ ਇਹਦਾ ਇਲਾਜ ਵਿਕ੍ਰਾਂਤ ਕਰਾਊਗਾ, ਸ਼ਾਇਦ ਓਪਰੇਟ ਹੋਊਗਾ ਜਾਂ ਕੋਈ ਹੋਰ ਕਿਸੇ ਕਿਸਮ ਦਾ ਇਲਾਜ ਹੋਊਗਾ। ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਵੀ ਕਿਸ ਤਰ੍ਹਾਂ ਦਾ ਇਲਾਜ ਹੋਊਗਾ, ਪਰ ਵਿਕ੍ਰਾਂਤ ਨੂੰ ਪਤਾ ਹੈ ਕਿ ਇਹਦਾ ਇਲਾਜ ਕਿਵੇਂ ਕਰਨਾ, ਅਤੇ ਉਹ ਇਲਾਜ ਕਰੂਗਾ। ਅਤੇ ਸਭ ਤੋਂ ਵੱਡੀ ਗੱਲ ਵਿਕ੍ਰਾਂਤ ਨੇ ਇੱਕ ਹੋਰ ਦੱਸੀ, ਉਹ ਕਹਿੰਦਾ ਵੀ ਘੋੜਾ ਫਾਰਮ 'ਤੇ ਆ ਕੇ ਬਹੁਤ ਕੰਫਰਟੇਬਲ ਮਹਿਸੂਸ ਕਰ ਰਿਹਾ। ਪਹਿਲੇ ਦਿਨ ਹੀ ਘੋੜਾ ਕਿਸੇ ਵੀ ਤਰ੍ਹਾਂ ਦਾ, ਜਿਸ ਤਰ੍ਹਾਂ ਬਿਮਾਰ ਆ ਨਾ, ਬਿਮਾਰ ਘੋੜੇ ਅਕਸਰ ਹੀ ਜ਼ਿਆਦਾ ਇਰੀਟੇਟ ਹੋ ਜਾਂਦੇ ਆ ਆਮ ਘੋੜਿਆਂ ਨਾਲੋਂ ਵੀ, ਫਿਰ ਘੋੜੇ ਜਾਣ ਦਾ ਵੱਢਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਜਦੋਂ ਤਕਲੀਫ 'ਚ ਹੁੰਦਾ ਤਾਂ ਘੋੜਾ ਫਿਰ ਜ਼ਿਆਦਾ ਵੱਢਣ ਦੀ ਕੋਸ਼ਿਸ਼ ਕਰਦਾ। ਅਤੇ ਪਰ ਆਪਣੇ ਫਾਰਮ 'ਤੇ ਆ ਕੇ, ਆਪਣੀ ਜਗ੍ਹਾ 'ਤੇ ਆ ਕੇ ਘੋੜਾ ਕਿਤੇ ਨਾ ਕਿਤੇ ਸਕੂਨ ਮਹਿਸੂਸ ਕਰ ਰਿਹਾ, ਠੀਕ ਮਹਿਸੂਸ ਕਰ ਰਿਹਾ। ਮਤਲਬ ਉਹਨੂੰ ਐਵੇਂ ਲੱਗ ਰਿਹਾ ਕਿ ਵੀ ਮੈਂ ਸਹੀ ਜਗ੍ਹਾ 'ਤੇ ਪਹੁੰਚ ਗਿਆ। ਮੈਂ ਬਾਈ ਵਿਕ੍ਰਾਂਤ ਨੂੰ ਉਹਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਦੁਆਵਾਂ ਦਿੰਦਾ, ਅਤੇ ਨਾਲ ਹੀ ਉਹਦੇ ਦੋਸਤ ਸ਼ਿਵਾ ਨੂੰ ਤੰਦਰੁਸਤੀ ਲਈ ਦੁਆ ਕਰਦਾ। ਜਿਉਂਦੇ ਰਹੋ, ਬਹੁਤ ਬਹੁਤ ਧੰਨਵਾਦ।